ਮੋਗਾ ਪੁਲਿਸ ਨੇ ਨਸ਼ੇ ਦੇ ਖਿਲਾਫ਼ ਕਾਰਵਾਈ ਕਰਦੇ ਹੋਏ ਮੋਗਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ, ਜਿਸ ਵਿੱਚ ਅਸੀਂ 3 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਹੈਗਾ। ਜੋ ਸਾਡੀ ਅਸੀਂ ਪਹਿਲਾਂ ਇਹਦੇ ਮੁੱਖ ਸਾਨੂੰ ਸੀਕਰਟ ਇਨਫੋਰਮੇਸ਼ਨ 'ਤੇ FIR ਰਜਿਸਟਰਡ ਹੋਈ ਹੈ ਇਹ। ਉਸ ਵਿੱਚ ਸਾਨੂੰ ਪਤਾ ਲੱਗਿਆ ਸੀ ਜਿਹੜੇ 3 ਬੰਦੇ ਹੈਗੇ ਆ, ਲਵਜੀਤ, ਮਨਪ੍ਰੀਤ ਅਤੇ ਗੁਰਪ੍ਰੀਤ, ਇਹ ਅੰਮ੍ਰਿਤਸਰੋਂ ਅਤੇ ਫਿਰੋਜ਼ਪੁਰ ਅਤੇ ਤਰਨ ਤਾਰਨ ਏਰੀਏ ਨੂੰ ਬਿਲੋਂਗ ਕਰਦੇ ਅਤੇ ਮੋਗੇ 'ਚ ਆ ਕੇ ਇਹ ਨਸ਼ਾ ਵੇਚਦੇ ਹੈਗੇ ਆ। ਇਹ ਬਲੈਕ ਐਕਟਿਵਾ 'ਤੇ ਜੋ ਹੈ ਇੱਥੇ PB02 ਇਹਨਾਂ ਕੋਲ, ਉਹ ਵੀ ਬਰਾਮਦ ਹੋਈ ਹੈਗੀ ਆ। ਉਹਦੇ ਵਿੱਚ ਉਹਦੇ 'ਤੇ ਆਏ ਸੀ ਇਹਨਾਂ ਕੋਲ ਸਾਨੂੰ 500 ਗ੍ਰਾਮ ਹੈਰੋਇਨ, ਇੱਕ 32 ਵਾਟ ਦਾ ਪਿਸਟਲ ਅਤੇ 3 ਜਿੰਦਾ ਰਾਊਂਡ ਅਤੇ ਇੱਕ ਹੋਂਡਾ ਜੋ ਐਕਟਿਵਾ ਹੈਗੀ ਉਹ ਬਰਾਮਦ ਹੋਈ ਹੈ। ਜੋ ਇਹ ਜਿਹੜੇ ਹੈਗੇ ਇਹ ਪੜ੍ਹਦੇ ਹੈਗੇ, ਜੋ ਮਨਪ੍ਰੀਤ ਹੈਗਾ ਇਹ ਪੰਜਾਬ ਯੂਨੀਵਰਸਿਟੀ ਜੋ ਹੈ ਮੁੱਢਲੀ ਪੁਜੀਸ਼ਨ 'ਚ ਦੱਸਿਆ, ਇਹ ਉੱਥੇ MA ਕਰਦਾ ਹੈਗਾ ਅਤੇ ਇਹਨਾਂ ਦੇ ਨਾਲ ਇੱਕ ਜੋ ਹੈਗਾ ਸੀ ਇੱਕ ਗੁਰਪ੍ਰੀਤ ਜੋ ਹੈਗਾ ਉਹ ਖਾਲਸਾ ਕਾਲਜ 'ਚ ਅੰਮ੍ਰਿਤਸਰ ਪੜ੍ਹਦਾ ਹੈ। ਇਹਨਾਂ ਆਪਸ 'ਚ ਤਾਲਮੇਲ ਕਿਵੇਂ ਹੋਇਆ ਜੀ? ਇਹ ਪਹਿਲਾਂ ਉੱਥੇ ਖਾਲਸਾ ਕਾਲਜ 'ਚ ਪੜ੍ਹਦੇ ਸੀ, ਉੱਥੇ ਇਹਨਾਂ ਦਾ ਆਪਸ 'ਚ ਤਾਲਮੇਲ ਹੋਇਆ, ਫਿਰ ਇਹ ਸੰਗਤ 'ਚ ਪੈ ਗਏ ਹੈਗੇ ਆ। ਜੋ ਇੱਥੇ ਇਹ ਸਾਨੂੰ ਉਹਨੇ ਦੱਸਿਆ ਕਿ ਦੂਸਰੀ ਤੀਸਰੀ ਵਾਰ ਇੱਥੇ ਆਏ ਸੀ ਨਸ਼ਾ ਵੇਚਣ, ਜੋ ਫਤਿਹਗੜ੍ਹ ਪੰਚਤੂਰ ਮੰਡੀ 'ਚ ਇਹ ਕਸਟਮਰਾਂ ਨੂੰ ਨਸ਼ਾ ਵੇਚਣ ਆਏ ਸੀ ਅਤੇ ਉਹਦੇ ਵਿੱਚ ਇਹ ਹਾਂ ਇਹਨਾਂ ਦੇ ਉੱਪਰ ਤਿੰਨਾਂ ਦੇ ਉੱਪਰ ਇੱਕ ਇੱਕ ਪਰਚਾ ਹੈਗਾ। ਕਿਸੇ ਦੇ ਇੱਕ ਦੇ ਮਨਪ੍ਰੀਤ ਉੱਪਰ ਮੋਹਾਲੀ ਵਿੱਚ NDBS ਸੈਕਟਰ 'ਤੇ ਆਇਆ ਸੀ ਪਹਿਲਾ ਪਰਚਾ ਹੈਗਾ, ਲਵਜੀਤ ਉੱਪਰ ਥਾਣਾ ਬੀ ਡਿਵੀਜ਼ਨ ਦੇ ਆਮ ਸੈਕਟਰ ਦਾ ਪਰਚਾ, ਅਤੇ ਗੁਰਪ੍ਰੀਤ ਉੱਪਰ ਜਿਹੜਾ ਹੈਗਾ 307 ਦਾ ਥਾਣਾ ਬਿਆਸ ਉੱਪਰ ਪਰਚਾ ਹੈਗਾ। ਕ੍ਰਿਮੀਨਲ ਰਿਕਾਰਡ ਇਹਨਾਂ ਦਾ ਪਹਿਲਾਂ ਹੈਗਾ। ਨਹੀਂ ਇਹ ਹਜੇ ਅਸੀਂ ਪਤਾ ਕਰਦੇ ਪਏ ਹੈਗੇ, ਵੈਰੀਫਾਈ ਕਰਦੇ ਪਏ ਹੈਗੇ ਕਿ ਇਹ ਵਾਕਈ ਇਹ ਪੜ੍ਹਦੇ ਆ ਕਿ ਸਾਨੂੰ ਸਿਰਫ ਉਹਨਾਂ ਨੇ ਦੱਸਿਆ ਹੈਗਾ। ਤਿੰਨਾਂ ਦੀ ਉਮਰ 25, 29, 27 ਇਹਨਾਂ ਦੀ ਹੈਗੀ ਹੈ ਅਤੇ ਮਸਟ ਵੀ ਪੜ੍ਹਦੇ ਹੋਣਗੇ ਜਾਂ ਉਹਦੀ ਪੜ੍ਹਾਈ ਦੀ ਆਰਟ 'ਚ ਨਸ਼ਾ ਵੇਚਦੇ ਹੋਣਗੇ, ਕਿਉਂਕਿ ਇਹਨਾਂ ਦੇ ਇੱਕ ਜੋ ਮਨਪ੍ਰੀਤ ਹੈਗਾ ਇਹਦੇ ਉੱਪਰ ਪਹਿਲਾਂ ਵੀ STF ਵੱਲੋਂ ਅਤੇ NDBS ਦਾ ਹੀ ਪਰਚਾ ਹੈਗਾ ਮੋਹਾਲੀ। ਪਤਾ ਲੱਗਾ ਸਰ ਨਹੀਂ ਕਸਟਮਰ ਸੀ, ਅਸੀਂ ਉਹ ਅੱਗੇ ਫੋਰਵਰਡ ਅਤੇ ਬੈਕਵਰਡ ਲਿੰਕ ਦੋਨੋਂ ਜਾ ਰਹੇ ਹਾਂ ਕਿ ਕਿੱਥੋਂ ਲੈ ਕੇ ਆਏ ਸੀ, 500 ਗ੍ਰਾਮ ਇਹਨਾਂ ਕੋਲ ਪਿਸਟਲ ਵੀ ਜੋ ਮਿਲਿਆ ਹੈਗਾ ਅਤੇ ਕਿਹੜੇ ਕਿਹੜੇ ਇਹਨਾਂ ਦੇ ਰੈਗੂਲਰ ਕਸਟਮਰ ਹੈਗੇ, ਅਸੀਂ ਉਹਨਾਂ 'ਤੇ ਵੀ ਜੋ ਹੈ ਕਾਰਵਾਈ ਕਰਾਂਗੇ। ਪਿਸਟਲ ਸਰ ਅਸੀਂ ਵੈਰੀਫਾਈ ਕਰਦੇ ਪਏ ਹੈਗੇ, ਇਨਵੈਸਟੀਗੇਸ਼ਨ 'ਚ ਪਤਾ ਚੱਲੇਗਾ ਕਿ ਇਹ ਅਸੀਂ ਨਹੀਂ ਜਿਹੜੀ ਸਮਾਜ ਅੰਡਰ ਇਨਵੈਸਟੀਗੇਸ਼ਨ ਹੈ ਜੋ ਹਜੇ ਤੱਕ ਸਾਨੂੰ ਪਤਾ ਲੱਗਿਆ, ਪਰ ਕਿਉਂਕਿ ਇਹ ਬਾਹਰਲੇ ਡਿਸਟ੍ਰਿਕਟ 'ਚ FIR ਰਜਿਸਟਰਡ ਹੈ, ਅਸੀਂ ਉੱਥੋਂ ਇਹਨਾਂ ਦਾ ਕਰੰਟ ਸਟੇਟਸ ਪਤਾ ਕਰਾਂਗੇ। ਮੋਗਾ ਪੁਲਿਸ ਨੇ ਨਸ਼ੇ ਦੇ ਖਿਲਾਫ਼ ਕਾਰਵਾਈ ਕਰਦੇ ਹੋਏ ਮੋਗਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ, ਜਿਸ ਵਿੱਚ ਅਸੀਂ 3 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਹੈਗਾ। ਜੋ ਸਾਡੀ ਅਸੀਂ ਪਹਿਲਾਂ ਇਹਦੇ ਮੁੱਖ ਸਾਨੂੰ ਸੀਕਰਟ ਇਨਫੋਰਮੇਸ਼ਨ 'ਤੇ FIR ਰਜਿਸਟਰਡ ਹੋਈ ਹੈ ਇਹ। ਉਸ ਵਿੱਚ ਸਾਨੂੰ ਪਤਾ ਲੱਗਿਆ ਸੀ ਜਿਹੜੇ 3 ਬੰਦੇ ਹੈਗੇ ਆ, ਲਵਜੀਤ, ਮਨਪ੍ਰੀਤ ਅਤੇ ਗੁਰਪ੍ਰੀਤ, ਇਹ ਅੰਮ੍ਰਿਤਸਰੋਂ ਅਤੇ ਫਿਰੋਜ਼ਪੁਰ ਅਤੇ ਤਰਨ ਤਾਰਨ ਏਰੀਏ ਨੂੰ ਬਿਲੋਂਗ ਕਰਦੇ ਅਤੇ ਮੋਗੇ 'ਚ ਆ ਕੇ ਇਹ ਨਸ਼ਾ ਵੇਚਦੇ ਹੈਗੇ ਆ। ਇਹ ਬਲੈਕ ਐਕਟਿਵਾ 'ਤੇ ਜੋ ਹੈ ਇੱਥੇ PB02 ਇਹਨਾਂ ਕੋਲ, ਉਹ ਵੀ ਬਰਾਮਦ ਹੋਈ ਹੈਗੀ ਆ। ਉਹਦੇ ਵਿੱਚ ਉਹਦੇ 'ਤੇ ਆਏ ਸੀ ਇਹਨਾਂ ਕੋਲ ਸਾਨੂੰ 500 ਗ੍ਰਾਮ ਹੈਰੋਇਨ, ਇੱਕ 32 ਵਾਟ ਦਾ ਪਿਸਟਲ ਅਤੇ 3 ਜਿੰਦਾ ਰਾਊਂਡ ਅਤੇ ਇੱਕ ਹੋਂਡਾ ਜੋ ਐਕਟਿਵਾ ਹੈਗੀ ਉਹ ਬਰਾਮਦ ਹੋਈ ਹੈ। ਜੋ ਇਹ ਜਿਹੜੇ ਹੈਗੇ ਇਹ ਪੜ੍ਹਦੇ ਹੈਗੇ, ਜੋ ਮਨਪ੍ਰੀਤ ਹੈਗਾ ਇਹ ਪੰਜਾਬ ਯੂਨੀਵਰਸਿਟੀ ਜੋ ਹੈ ਮੁੱਢਲੀ ਪੁਜੀਸ਼ਨ 'ਚ ਦੱਸਿਆ, ਇਹ ਉੱਥੇ MA ਕਰਦਾ ਹੈਗਾ ਅਤੇ ਇਹਨਾਂ ਦੇ ਨਾਲ ਇੱਕ ਜੋ ਹੈਗਾ ਸੀ ਇੱਕ ਗੁਰਪ੍ਰੀਤ ਜੋ ਹੈਗਾ ਉਹ ਖਾਲਸਾ ਕਾਲਜ 'ਚ ਅੰਮ੍ਰਿਤਸਰ ਪੜ੍ਹਦਾ ਹੈ। ਇਹਨਾਂ ਆਪਸ 'ਚ ਤਾਲਮੇਲ ਕਿਵੇਂ ਹੋਇਆ ਜੀ? ਇਹ ਪਹਿਲਾਂ ਉੱਥੇ ਖਾਲਸਾ ਕਾਲਜ 'ਚ ਪੜ੍ਹਦੇ ਸੀ, ਉੱਥੇ ਇਹਨਾਂ ਦਾ ਆਪਸ 'ਚ ਤਾਲਮੇਲ ਹੋਇਆ, ਫਿਰ ਇਹ ਸੰਗਤ 'ਚ ਪੈ ਗਏ ਹੈਗੇ ਆ। ਜੋ ਇੱਥੇ ਇਹ ਸਾਨੂੰ ਉਹਨੇ ਦੱਸਿਆ ਕਿ ਦੂਸਰੀ ਤੀਸਰੀ ਵਾਰ ਇੱਥੇ ਆਏ ਸੀ ਨਸ਼ਾ ਵੇਚਣ, ਜੋ ਫਤਿਹਗੜ੍ਹ ਪੰਚਤੂਰ ਮੰਡੀ 'ਚ ਇਹ ਕਸਟਮਰਾਂ ਨੂੰ ਨਸ਼ਾ ਵੇਚਣ ਆਏ ਸੀ ਅਤੇ ਉਹਦੇ ਵਿੱਚ ਇਹ ਹਾਂ ਇਹਨਾਂ ਦੇ ਉੱਪਰ ਤਿੰਨਾਂ ਦੇ ਉੱਪਰ ਇੱਕ ਇੱਕ ਪਰਚਾ ਹੈਗਾ। ਕਿਸੇ ਦੇ ਇੱਕ ਦੇ ਮਨਪ੍ਰੀਤ ਉੱਪਰ
ਮੋਹਾਲੀ ਵਿੱਚ ਐਨ ਡੀ ਪੀ ਐਸ ਸੈਕਟਰ 'ਤੇ ਆਇਆ ਸੀ ਪਹਿਲਾ ਪਰਚਾ ਹੈਗਾ, ਲਵਜੀਤ ਉੱਪਰ ਥਾਣਾ ਬੀ ਡਿਵੀਜ਼ਨ ਦੇ ਆਮ ਸੈਕਟਰ ਦਾ ਪਰਚਾ, ਗੁਰਪ੍ਰੀਤ ਉੱਪਰ ਜਿਹੜਾ ਹੈਗਾ 307 ਦਾ ਥਾਣਾ ਬਿਆਸ ਉੱਪਰ ਪਰਚਾ ਹੈਗਾ, ਕ੍ਰਿਮੀਨਲ ਰਿਕਾਰਡ ਇਹਨਾਂ ਦਾ ਪਹਿਲਾ ਹੈਗਾ। ਸਰ ਰੈਗੂਲਰ ਸਟੂਡੈਂਟ ਹੈਗੇ ਜਾਂ ਕੋਰਸਪੋਂਡੈਂਟ? ਨਹੀਂ, ਇਹ ਹਜੇ ਅਸੀਂ ਪਤਾ ਕਰਦੇ ਪਏ ਹੈਗੇ, ਵੈਰੀਫਾਈ ਕਰਦੇ ਪਏ ਹੈਗੇ ਕਿ ਇਹ ਵਾਕਈ ਇਹ ਪੜ੍ਹਦੇ ਆ ਕਿ ਸਾਨੂੰ ਸਿਰਫ ਉਹਨਾਂ ਨੇ ਦੱਸਿਆ ਹੈਗਾ। ਤਿੰਨੇ ਸਟੂਡੈਂਟ ਜਾਂ? ਤਿੰਨਾਂ ਦੀ ਉਮਰ 25-27 ਇਹਨਾਂ ਦੀ ਹੈਗੀ ਹੈ, ਅਤੇ ਮਸਟ ਵੀ ਪੜ੍ਹਦੇ ਹੋਣਗੇ ਜਾਂ ਉਹਦੀ ਪੜ੍ਹਾਈ ਦੀ ਆਰਟ 'ਚ ਨਸ਼ਾ ਵੇਚਦੇ ਹੋਣਗੇ, ਕਿਉਂਕਿ ਇਹਨਾਂ ਦੇ ਇੱਕ ਜੋ ਮਨਪ੍ਰੀਤ ਹੈਗਾ ਇਹਦੇ ਉੱਪਰ ਪਹਿਲਾਂ ਵੀ ਐਸ ਟੀ ਐਫ ਵੱਲੋਂ ਉੱਥੇ ਐਨ ਡੀ ਪੀ ਐਸ ਦਾ ਹੀ ਪਰਚਾ ਹੈਗਾ ਮੋਹਾਲੀ। ਪਤਾ ਲੱਗਾ ਸਰ ਕਿਹਨੂੰ ਦੇਣਾ ਸੀ? ਨਹੀਂ, ਕਸਟਮਰ ਸੀ, ਅਸੀਂ ਉਹ ਗਿਫਟ ਫੋਰਵਰਡ ਅਤੇ ਬੈਕਵਰਡ ਲਿੰਕ ਦੋਨੋਂ ਜਾ ਰਹੇ ਹਾਂ ਕਿ ਕਿੱਥੋਂ ਲੈ ਕੇ ਆਏ ਸੀ, 500 ਗ੍ਰਾਮ ਇਹਨਾਂ ਕੋਲ ਪਿਸਟਲ ਵੀ ਜੋ ਮਿਲਿਆ ਹੈਗਾ, ਅਤੇ ਕਿਹੜੇ ਕਿਹੜੇ ਇਹਨਾਂ ਦੇ ਰੈਗੂਲਰ ਕਸਟਮਰ ਹੈਗੇ, ਅਸੀਂ ਉਹਨਾਂ 'ਤੇ ਵੀ ਜੋ ਹੈ ਕਾਰਵਾਈ ਕਰਾਂਗੇ। ਪਿਸਟਲ ਸਰ ਕੀ ਹੈ, ਕਿੱਥੋਂ ਲੈ ਕੇ? ਇਹ ਪਿਸਟਲ ਅਸੀਂ ਵੈਰੀਫਾਈ ਕਰਦੇ ਪਏ ਹੈਗੇ, ਇਨਵੈਸਟੀਗੇਸ਼ਨ 'ਚ ਪਤਾ ਚੱਲੇਗਾ ਕਿ ਪਹਿਲਾਂ ਮੁਕੱਦਮੇ ਦਰਜ ਹੈ। ਨਹੀਂ, ਇਹ ਅਸੀਂ ਨਹੀਂ, ਜੇਰੀ ਸਮਾਏ ਦਾ ਅੰਡਰ ਇਨਵੈਸਟੀਗੇਸ਼ਨ ਹੈ ਜੋ ਹਜੇ ਤੱਕ ਸਾਨੂੰ ਪਤਾ ਲੱਗਿਆ, ਪਰ ਕਿਉਂਕਿ ਇਹ ਬਾਹਰਲੇ ਡਿਸਟ੍ਰਿਕਟ 'ਚ FIR ਰਜਿਸਟਰਡ ਹੈ, ਅਸੀਂ ਉੱਥੋਂ ਇਹਨਾਂ ਦਾ ਕਰੰਟ ਸਟੇਟਸ ਪਤਾ ਕਰਾਂਗੇ।